ਪੰਜਾਬ ਸਰਕਾਰ ਵੱਲੋਂ ਬਠਿੰਡਾ ਅਤੇ ਰੂਪਨਗਰ ਦੇ ਥਰਮਲ ਪਲਾਂਟ ਨੂੰ ਬੰਦ ਕਰਨ ਤੋਂ ਬਾਅਦ ਥਰਮਲ ਪਲਾਂਟ ਵਰਕਰਾਂ 'ਚ ਗੁੱਸਾ ਪਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਰੂਪਨਗਰ ਸਥਿਤ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੇ ਵਰਕਰਾਂ ਨੇ ਗੇਟ ਨੂੰ ਬੰਦ ਕਰਕੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਇਸ ਫੈਸਲੇ ਨੂੰ ਰੱਦ ਨਹੀਂ ਕੀਤਾ ਤਾਂ ਉਹ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ। ਸਾਡਾ ਅੱਜ ਬੰਦ ਕਰਨ ਦਾ ਮਾਮਲਾ ਹੈ। ਇਹ ਸਵੇਰੇ ਦੋ ਥਰਮਲ ਦੇ ਯੂਨਿਟ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਰੋਪੜ ਦੇ ਤੇ ਚਾਰੇ ਯੂਨਿਟ ਗੁਰੂ ਨਾਨਕ ਦੇ ਬਠਿੰਡਾ ਦੇ ਜਿਹੜੇ ਬੰਦ ਕਰਨ ਜਾ ਰਹੇ ਆ ਉਹਦੇ ਸੰਬੰਧ ਦੇ ਵਿੱਚ ਕੀਤਾ ਜਾ ਰਿਹਾ। ਇਹ ਜਿਹੜਾ ਕੋਈ ਮਾਮਲਾ ਇਹ ਸਾਡਾ ਮੁਲਾਜ਼ਮਾਂ ਦਾ ਇਕੱਲਿਆਂ ਦਾ ਨਹੀਂ, ਪੰਜਾਬ ਦੇ ਲੋਕਾਂ ਦਾ ਮਾਮਲਾ, ਕਿਉਂਕਿ ਇਹਦੇ ਵਿੱਚ ਜੋ ਇਹਦੇ ਪਿੱਛੇ ਜੋ ਬੈਕਗਰਾਉਂਡ ਹੈ ਉਹਦੇ ਵਿੱਚ ਜਾਣਾ ਚਾਹੀਦਾ, ਕਿਉਂਕਿ ਪਿਛਲੀ ਜਿਹੜੀ ਸਰਕਾਰ ਹੈ ਉਹਨੇ ਆਪਣੀ ਲੁੱਟ ਸੁੱਟ ਕਰਕੇ ਆਪਣੇ ਤਿੰਨ ਪਾਵਰ ਥਰਮਲ ਪਲਾਂਟ ਲਾਏ ਔਰ ਉਹ ਤਿੰਨ ਥਰਮਲ ਪਲਾਂਟਾਂ ਦੇ ਨਾਲ ਉਹਨਾਂ ਨੇ ਆਪਣੀ ਹਿੱਸਾਬੰਦੀ ਕੀਤੀ, ਔਰ ਸਾਨੂੰ ਆਸ ਸੀ ਇਹ ਸਰਕਾਰ ਆ ਕੇ ਉਸ ਵੀਹ ਨੂੰ ਤੋੜੂਗੀ, ਪਰ ਇਸ ਲਈ ਉਸ ਵੀਹ ਦੀ ਤੋੜਨ ਬਜਾਏ ਜਿਹੜੀ ਉਹ ਲੀਹ ਪਾ ਕੇ ਗਏ ਉਹ ਪੱਕਾ ਕਰਨ ਤੁਰੇ ਹੋਏ ਨੇ। ਸਾਡੀ ਤਾਂ ਮੰਗ ਹੈ ਪੰਜਾਬ ਸਰਕਾਰ ਤੋਂ, ਜਿਹੜੇ ਥਰਮਲ ਪਾਵਰ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਚਾਰ ਯੂਨਿਟ ਬੰਦ ਕੀਤੇ ਤੇ ਦੋ ਯੂਨਿਟ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਬੰਦ ਕੀਤੇ, ਜਿਹੜੇ ਇਲਜ਼ਾਮ ਲਾਏ ਉਹ ਬਿਲਕੁਲ ਬੇਬੁਨਿਆਦ, ਸਰਾਸਰ ਬੇਬੁਨਿਆਦ। ਸਾਡੀ ਬਿਜਲੀ ਕੋਈ ਮਹਿੰਗੀ ਨਹੀਂ ਪੈਂਦੀ ਹੈ, ਸਾਡੇ ਨਾਲ ਸਰਕਾਰ ਬੈਠ ਕੇ ਡਿਸਕਸ ਕਰ ਲਵੇ। ਅਸੀਂ ਥਰਮਲ ਪਲਾਂਟ ਬੰਦ ਕਰਨ ਦੇ ਖਿਲਾਫ਼ ਅੱਜ ਗੇਟ ਤੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਔਰ ਸਾਡਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਰਹਿਣਾ ਉਨੀ ਦੇਰ ਤੱਕ ਜਿੰਨੀ ਦੇਰ ਸਰਕਾਰ ਆਪਣੇ ਕੀਤੇ ਫੈਸਲੇ ਨੂੰ ਵਾਪਸ ਨਹੀਂ ਲੈਂਦੀ। ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਰਿਪੋਰਟ, ਚੈਨਲ 2।